ਰਾਤ ਦੇ ਸਮੇਂ ਕੈਂਟ ਪੁਲਿਸ ਨੂੰ ਇਹ ਇਤਲਾਹ ਮਿਲੀ ਸੀ ਕਿ ਇੱਕ ਡੈਡ ਬੋਡੀ ਉੱਥੇ ਜਿਹਦਾ ਕਿ ਮਰਡਰ ਕੀਤਾ ਗਿਆ ਉਹ ਸੋਫੀ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਜਿਹੜਾ ਕਿ ਬੜਾ ਲੋਨਲੀ ਔਰ ਇਕੱਲਾ ਤਰ੍ਹਾਂ ਦਾ ਰਸਤਾ ਹੈ ਉੱਥੇ ਅਤੇ ਨਾਲ ਐਕਟਿਵਾ ਮਰਨ ਵਾਲੇ ਦੀ ਉੱਥੇ ਪਈ ਸੀ ਉਹਦੀ ਸ਼ਨਾਖਤ ਕੀਤੀ ਗਈ ਜਦੋਂ ਸ਼ਨਾਖਤ ਤੋਂ ਪਤਾ ਲੱਗਿਆ ਕਿ ਤਰਸੇਮ ਲਾਲ ਅਗਰਵਾਲ ਜੀ ਸੀਗੇ ਜੋ ਕਿ ਪਹਿਲਾਂ ਟੀਚਰ ਸੀ ਫਿਰ ਉਸ ਤੋਂ ਬਾਅਦ ਹੁਣ ਫਾਈਨੈਂਸ ਦਾ ਕੰਮ ਕਰਦੇ ਸੀਗੇ ਅਤੇ ਉੱਥੇ ਉਹਨਾਂ ਦੇ ਉੱਤੇ ਬੋਡੀ ਦੇ ਉੱਤੇ ਜੋ ਚੈੱਕ ਕੀਤਾ ਗਿਆ ਤਕਰੀਬਨ 28 ਇੰਜਰੀ ਸੀਗੀਆਂ ਸ਼ਾਰਪ ਐਡ ਵੈਪਨ ਦੀਆਂ ਜਿਵੇਂ ਸਟੈਬਿੰਗ ਜੋ ਚਾਕੂ ਨਾਲ ਜਾਂ ਕਿਰਚ ਨਾਲ ਵਾਰ ਕੀਤੇ ਜਾਂਦੇ ਆ ਤਾਂ ਪਹਿਲੀ ਪੁੱਛਗਿੱਛ ਤੋਂ ਸਾਨੂੰ ਇਹੀ ਲੱਗਿਆ ਕਿ ਕਿਸੇ ਨਾਲ ਬਹੁਤ ਜ਼ਿਆਦਾ ਕੋਈ ਇੰਨੀ ਰੰਜਿਸ਼ ਹੈ ਜਿਹੜਾ ਇੰਨਾ ਗੁੱਸਾ ਜਿਹੜੇ ਇੰਨੇ ਵਾਰ ਕੀਤੇ ਹੈ ਜਿਸ ਤੋਂ ਇਹ ਬੰਦਾ ਮੁਲਜ਼ਮ ਇਸ ਗੱਲ ਨੂੰ ਚਾਹੁੰਦਾ ਹੋਊਗਾ ਕਿ ਇਹ ਬੰਦਾ ਬਚੇ ਨਾ ਉਹ ਜਦੋਂ ਮੌਕੇ 'ਤੇ ਫਿਰ ਸਾਰੀ ਇਨਵੈਸਟੀਗੇਸ਼ਨ ਸਟਾਫ ਦੀ ਸਾਡੀ ਡਿਟੈਕਟਿਵ ਸਟਾਫ ਦੀ CI ਦੀ ਟੀਮ ਵੀ ਪਹੁੰਚੀ ਸਾਰੀਆਂ ਟੀਮਾਂ ਨੇ ਜੁਆਇੰਟਲੀ ਅਲੱਗ ਅਲੱਗ ਜਿਹੜੀਆਂ ਥਿਊਰੀਆਂ 'ਤੇ ਕੰਮ ਕਰਦੇ ਹੋਏ ਫਿਰ ਇਹਨੂੰ ਅੱਜ ਸਵੇਰ ਦੇ ਟਾਈਮ ਦੇ ਵਿੱਚ ਸਨੀ ਨਾਮ ਦਾ ਮੇਨ ਮੁਲਜ਼ਮ ਹੈ ਜਿਹੜਾ ਕੈਂਟ ਦਾ ਹੀ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਅਸੀਂ ਕੀਤਾ ਉਹਦੇ ਤੋਂ ਜਿਹੜੀ ਵੈਪਨ ਆਫ ਅਫੈਂਸ ਹੈ ਜਿਹੜੀ ਕਿ ਛੁਰੀ ਹੈ ਉਹਨਾਂ ਦੀਆਂ ਪਰਸਨਲ ਬਿਲੋਂਗਿੰਗਸ ਮਰਨ ਵਾਲਿਆਂ ਦੀਆਂ ਜਿਹ 'ਚ ਕਿ ਗੱਡੀ ਦੀ RC ਹੈ ਹੋਰ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਵਜ੍ਹਾ ਰੰਜਿਸ਼ ਜੋ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 2,80,000 ਰੁਪਏ ਦਾ ਲੋਨ ਲਿਆ ਸੀ ਫਾਈਨੈਂਸਰ ਕਿਉਂਕਿ ਸੀਗੇ ਮਰਨ ਵਾਲੇ ਇਹ ਸਨੀ ਨਾਮ ਦੇ ਜਿਹੜਾ ਅਕਿਊਜ਼ਡ ਹੈ ਇਹਦੇ ਫਾਦਰ ਬਿਮਾਰ ਸੀ ਉਹਦੇ ਹਾਰਟ ਦੀ ਪ੍ਰੋਬਲਮ ਸੀ ਉਹਨਾਂ ਦੇ ਓਪਰੇਸ਼ਨ ਵਾਸਤੇ ਅਤੇ ਥੋੜ੍ਹੀ ਇਲਾਜ ਵਾਸਤੇ 2,80,000 ਦਾ ਲੋਨ ਸੀ ਔਰ ਉਹਦੇ 'ਤੇ ਕਿਸ਼ਤਾਂ ਦੇਣ ਦੀ ਬੜੀ ਪ੍ਰੋਬਲਮ ਆ ਰਹੀ ਸੀ ਕਿਉਂਕਿ ਸਨੀ ਵੀ ਬਹੁਤ ਚੰਗੀ ਜੌਬ 'ਤੇ ਨਹੀਂ ਸੀ ਆਪ ਔਰ ਇਹਦੇ ਸਭ ਤੋਂ ਵੱਡਾ ਹੋਣ ਕਰਕੇ ਇਹ 'ਤੇ ਬੋਝ ਸੀਗਾ ਸੋ ਇਹਨੇ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਉਹਨਾਂ ਨੂੰ ਭਰਮਾ ਕੇ ਨਾਲ ਲੈ ਗਿਆ ਔਰ ਉੱਥੇ ਜਾ ਕੇ ਨਿਵੇਕਲੀ ਜਗ੍ਹਾ ਦਾ ਹਨੇਰੇ ਦਾ ਫਾਇਦਾ ਉਠਾਉਂਦਾ ਇਹਨਾਂ 'ਤੇ ਵਾਰ ਕਰਤਾ ਮੇਨ ਇਹਦੇ ਦਿਮਾਗ 'ਚ ਇਹੀ ਗੱਲ ਸੀ ਕਿ ਮੈਂ ਜਿਹੜਾ ਇਹ ਲੋਨ ਮੈਨੂੰ ਵਾਪਸ ਨਾ ਦੇਣਾ ਪਵੇ ਅਤੇ ਇਹ ਸਾਰਾ ਜਿਹੜੀ ਕਹਾਣੀ ਇਹਨਾਂ ਦੇ ਨਾਲ ਹੀ ਮੁੱਕ ਜੇ ਕਿਉਂਕਿ ਤਰਸੇਮ ਲਾਲ ਜੀ ਦੀ ਜਿਹੜੀ ਸਾਰੀ ਫੈਮਿਲੀ ਹੈ ਤਕਰੀਬਨ ਬਾਹਰ ਹੈ ਉਹਨਾਂ ਦੇ ਭਾਣਜੇ ਦੇ ਬਿਆਨ 'ਤੇ ਹੀ ਅਸੀਂ ਇਹ ਜਿਹੜਾ FIR ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਬਾਕੀ ਕਿਸੇ ਦਾ ਕੋਈ ਰੋਲ ਜਾਂ ਕੋਈ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਕਿਉਂਕਿ ਡਿਟੇਲ 'ਚ ਇਨਵੈਸਟੀਗੇਸ਼ਨ ਹੋਣੀ ਹੈ ਔਰ ਪੁਲਿਸ ਰਿਮਾਂਡ ਵੀ ਅਸੀਂ ਲੈਣਾ ਉਹਦੇ 'ਚ ਸਾਰਾ ਇਹ ਗੱਲ ਨੂੰ ਵੈਰੀਫਾਈ ਕਰਾਂਗੇ ਕਿ ਇਹਦਾ ਕੋਈ ਐਂਗਲ ਹੋਰ ਨਾ ਕਰੋ ਇਹਨਾਂ ਦੇ ਘਰ ਦੇ ਵਿੱਚ ਹੀ ਜਿਹੜਾ ਕੈਂਟ ਦੇ ਵਿੱਚ ਹੈ ਉੱਥੋਂ ਹੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਦੀ ਉਮਰ ਹੋਣੀ ਹੈ ਜੀ 30 ਸਾਲ ਦੇ ਕਰੀਬ ਹੈ ਔਰ ਇੱਕ ਪ੍ਰਾਈਵੇਟ ਜੌਬ ਕਰਦਾ ਦੁਕਾਨ 'ਤੇ ਔਰ ਇਹਦੇ ਫਾਦਰ ਬਿਮਾਰ ਹੋਣ ਕਰਕੇ ਇਹ ਸਾਰਾ ਇਹਨੇ ਲੋਨ ਚੁੱਕੇ ਅਤੇ ਇਹਦੇ ਤੋਂ ਅਸਮਰਥ ਸੀਗਾ ਇਹ ਕਿ ਮੈਂ ਇੰਨੀਆਂ ਕਿਸ਼ਤਾਂ ਉਹਨਾਂ ਦੀਆਂ ਦੇ ਸਕਾਂ ਥੈਂਕ ਯੂ